ਅੰਮ੍ਰਿਤਸਰ ਦੇ ਗੇਟ ਹਕੀਮਾਂ ਨਜ਼ਦੀਕ ਧੋਬੀ ਘਾਟ ਵਿਖੇ ਅੱਜ ਅਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਵੱਲੋਂ ਸਦੀਆਂ ਪੁਰਾਣੇ ਧੋਬੀ ਘਾਟ ਦਾ ਜਾਇਜ਼ਾ ਲਿਆ ਗਿਆ। ਉੱਥੇ ਅਸ਼ੋਕ ਤਲਵਾਰ ਜੀ ਵੱਲੋਂ ਕਨੌਜੀਆ ਬਰਾਦਰੀ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੀਆਂ ਮੰਗਾਂ ਵੀ ਸੁਣੀਆਂ ਗਈਆਂ ਅਤੇ ਕਨੌਜੀਆ ਬਰਾਦਰੀ ਵੱਲੋਂ ਨਵੇਂ ਕਮਿਊਨਿਟੀ ਹਾਲ ਦੀ ਵੀ ਮੰਗ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਦੀਆਂ ਪੁਰਾਣੇ ਧੋਬੀ ਘਾਟ ਦੀ ਅੱਜ ਤੱਕ ਕਿਸੇ ਵੱਲੋਂ ਵੀ ਸਾਰ ਨਹੀਂ ਲਈ ਗਈ ਸੀ। ਦੇਖੋ, ਮੈਂ ਪਹਿਲਾਂ ਹੀ ਕਿਹਾ ਮੈਨੂੰ ਬਹੁਤ ਅੱਛਾ ਲੱਗਾ, ਮੈਂ ਪਹਿਲੀ ਵਾਰੀ ਪਰਿਵਾਰ ਨੂੰ ਮਿਲ ਰਿਹਾ ਸੀ ਔਰ ਮੈਂ ਹੀ ਰਿਕੁਐਸਟ ਕੀਤੀ ਕਿ ਮੈਂ ਮਿਲਣ ਆਉਣਾ ਹੈਗਾ, ਮੈਂ ਕਿਉਂਕਿ ਪਾਰਟੀ ਵੱਲੋਂ ਕੁਛ ਐਸੀ ਡਿਊਟੀਜ਼ ਲੱਗੀਆਂ ਹੋਈਆਂ ਮੇਰੀਆਂ ਕਿ ਹਰ ਕਮਿਊਨਿਟੀਜ਼ ਦੇ ਲੋਕਾਂ ਨੂੰ ਮਿਲਿਆ ਜਾਵੇ ਤਾਂ ਉਹਨਾਂ ਦੀ ਸਮੱਸਿਆ ਤੁਸੀਂ ਦੇਖੋ ਮੇਰੇ ਵੱਲੋਂ, ਅਤੇ ਜਿਸ ਤਰ੍ਹਾਂ ਜੇ ਤੁਹਾਡੇ ਲੈਵਲ 'ਤੇ ਹੱਲ ਹੁੰਦੀ ਹੈ ਤੁਸੀਂ ਹੱਲ ਕਰੋ, ਜੇ ਐਡਮਿਨਿਸਟ੍ਰੇਸ਼ਨ ਲੈਵਲ 'ਤੇ ਜਿਸ ਤਰ੍ਹਾਂ ਵੀ ਉਹ ਸਮੱਸਿਆ ਨੂੰ ਤੁਸੀਂ ਹੱਲ ਕਰੋ। ਉਸ ਕੜੀ ਦੇ ਵਿੱਚ ਮੈਂ ਕਨੌਜੀਆ ਨੂੰ ਕਿਹਾ, ਇਹਨਾਂ ਨੂੰ ਸ਼ਿਵ ਜੀ ਨੂੰ ਕਿਹਾ ਹੈਗਾ ਅਤੇ ਇਹਨਾਂ ਨੇ ਸਾਥ ਲਿੱਤਾ ਹੈਗਾ ਰਿਸ਼ੀ ਜੀ ਦਾ ਅਤੇ ਤੁਹਾਡੇ ਸਾਰਿਆਂ ਨਾਲ ਮੇਲ ਕਰਾਇਆ, ਬਹੁਤ ਵਧੀਆ ਲੱਗਾ ਔਰ ਆ ਕੇ ਦੁੱਖ ਵੀ ਹੋਇਆ ਕਿ 75 ਸਾਲ ਤੋਂ ਜੋ ਦੁਰਦਸ਼ਾ ਹੈਗੀ ਹੈ ਇਸ ਪਾਰਕ ਦੀ ਬਹੁਤ ਮਾੜੀ ਹੈਗੀ ਹੈ, ਬਹੁਤ ਬਹੁਤ ਮਾੜੀ ਹੈ। ਕਿਉਂ ਨਹੀਂ ਹੋ ਪਾਇਆ, ਕੀ ਕਾਰਨ ਰਹੇ ਨੇ, ਮੈਂ ਉਹਦੇ 'ਚ ਦੇਖਾਂਗਾ ਡਿਟੇਲ। 2 ਸਾਲ ਤਾਂ ਸਾਡੀ ਸਰਕਾਰ ਨੇ ਵੀ ਹੋ ਗਈ, ਆ ਕੰਮ ਕੋਈ ਕੰਮ ਨਹੀਂ ਹੈਗਾ ਔਰ ਮੈਂ ਇਹਨਾਂ ਨਾਲ ਵਾਅਦਾ ਕੀਤਾ ਹੈਗਾ ਕਿ ਤੁਸੀਂ ਜੇ ਮੈਨੂੰ ਪਹਿਲਾਂ ਮਿਲਦੇ ਤਾਂ ਮੈਂ ਪਹਿਲਾਂ ਹੀ ਕਰ ਦੇਣਾ ਸੀ, ਯਾਰ ਅੱਜ ਮਿਲਿਓ ਤਾਂ ਆਹ ਬਹੁਤ ਜਲਦੀ ਮੈਂ ਆਹ ਮਸਲੇ ਨੂੰ ਹੱਲ ਕਰ ਦੇਵਾਂਗਾ, ਹੋ ਜਾਏਗਾ। ਛੋਟੀ ਜਿਹੀ ਡਿਮਾਂਡ ਹੈ, ਕੋਈ ਬੜੀ ਡਿਮਾਂਡ ਨਹੀਂ ਹੈਗੀ, ਕੋਈ ਵੱਡੀ ਗੱਲ ਕਰਤੀ ਨਹੀਂ ਇਹਨਾਂ ਨੇ ਮੇਰੇ ਨਾਲ। ਇੱਕ ਕਮਿਊਨਿਟੀ ਸੈਂਟਰ ਦੀ ਗੱਲ ਕੀਤੀ ਹੈ, ਉਹ ਵੀ ਮੈਂ ਇਹਨਾਂ ਨੂੰ ਕਿਹਾ ਹੈਗਾ ਕਿ ਸਿਟੀ ਵਾਲ ਏਰੀਆ ਦੇ ਵਿੱਚ ਤਾਂ ਨਹੀਂ, ਲੇਕਿਨ ਮੈਂ ਹੁਣ ਦੇਖਾਂਗਾ ਆਪਣੇ ਟਸਟ ਏਰੀਆ 'ਚ ਜੇ ਹੋ ਪਾਇਆ ਤਾਂ ਮੈਂ ਇਲੈਕਸ਼ਨਾਂ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਇੱਕ ਵਾਰੀ ਆ ਕੇ ਮੈਨੂੰ ਮਿਲ ਲੈਣਗੇ ਆਫਟਰ ਇਲੈਕਸ਼ਨ। ਇਹ ਧੋਬੀ ਘਾਟ ਸਦੀਆਂ ਪੁਰਾਣਾ ਹੈ, ਇੱਥੋਂ ਦੇ ਜਿਹੜੇ ਕੰਮ ਕਰਦੇ ਨੇ ਧੋਬੀ ਉਹ ਸਾਰੇ ਕਨੌਜੀਆ ਬਰਾਦਰੀ ਜਿਹੜੀ ਉਹ ਕਿ ਇਹ ਸਹੂਲਤਾਂ ਤੋਂ ਕਾਫੀ ਵਾਂਝੀ ਹੈ, ਮੌਕੇ ਦੀਆਂ ਸਹੂਲਤਾਂ ਬਹੁਤ ਬਹੁਤ ਵਾਂਝੀ ਹੈ, ਥੋੜ੍ਹੀ ਵਾਂਝੀ ਨਹੀਂ ਹੈ, ਬਹੁਤ ਬਹੁਤ ਵਾਂਝੀ ਹੈ ਮਹਾਰਾਜ। ਇੱਥੇ ਤਾਂ ਬਹੁਤ ਵਧੀਆ ਹੋਣਾ ਚਾਹੀਦਾ, ਇਹਨੂੰ ਫੈਸਿਲਿਟੀਜ਼ ਬਹੁਤ ਅੱਛੀਆਂ ਹੋਣੀਆਂ ਚਾਹੀਦੀਆਂ, ਨਾ ਕੋਈ ਲਾਈਟ ਦੀ ਵਿਵਸਥਾ ਹੈ, ਨਾ ਲਾਈਟ ਦਾ ਜ਼ਿਕਰ ਨਹੀਂ ਕੀਤਾ, ਕਮਾਲ ਹੈ ਹੈਨਾ, ਬੰਦੇ ਵੀ ਸਾਰੇ ਭੋਲੇ ਹੈਗੇ ਹੈਨਾ, ਲਾਈਟ ਦਾ ਵੀ ਜ਼ਿਕਰ ਨਹੀਂ, ਲਾਈਟ ਵੀ ਨਹੀਂ ਤੇ ਹੈ ਹੀ ਨਹੀਂ, ਮੈਨੂੰ ਖੰਭਾ ਵੀ ਕੋਈ ਨਹੀਂ ਦਿੱਤਾ, ਨਾ ਪਾਣੀ ਪੀਂਦੀ ਸਰ, ਨਾ ਪਾਣੀ ਦਾ, ਕਰਾਂਗੇ ਕਰਾਂਗੇ ਮੰਗ ਪੱਤਰ ਦਿੱਤੇ ਪਰ ਕੰਮ ਨਹੀਂ ਹੋਇਆ, ਕਰਾਂਗੇ ਕਰਾਂਗੇ, ਮੈਂ ਕਮਿਸ਼ਨਰ ਸਾਹਿਬ ਨਾਲ ਗੱਲ ਕਰਾਂਗਾ, ਇਲੈਕਸ਼ਨ ਤੋਂ ਬਾਅਦ ਹੱਲ ਹੋ ਜਾਏਗਾ। ਕਾਰਪੋਰੇਸ਼ਨ ਨੇ ਮਸਲੇ ਹੱਲ ਕਰਨੇ ਹੈ, ਆ ਸਾਰੇ ਦੇ ਸਾਰੇ ਸਾਰੇ ਹੱਲ ਕਰਾਂਗੇ, ਠੀਕ ਹੈ, ਅਸੀਂ ਵੀ ਸਰਕਾਰ 'ਚ ਹੈ, ਅਸੀਂ ਕਰਾਂਗੇ ਮਸਲੇ ਹੱਲ ਸਾਰੇ।